ਪਾਤਸ਼ਾਹ ਜੀ ਦੇ ਲਖਤੇ ਜਿਗਰ ਤਿੰਨਾਂ ਦੇ ਦਿਲਬੰਦ ਗੁਰੂ ਨਾਨਕ ਤੇ ਸਜਨ ਕੋ ਸਦਾ ਨਮਸਕਾਰ। ਇਹ ਜੈਕਾਰ ਉਹਨਾਂ ਮਹਾਂਪੁਰਸ਼ਾਂ ਦੀ ਹੈ ਜਿਹੜੇ ਮੁਕਤ ਨੇ ਦੁਨੀਆ ਤੇ ਬੜੇ ਤੇ ਮੈਂ ਪੁੱਛਿਆ ਗੁਰੂ ਗ੍ਰੰਥ ਸਾਹਿਬ ਬੜੀ ਵਡਿਆਈ ਹੈ ਤੁਹਾਡੇ ਅੰਗਾਂ ਦੇ ਅੰਦਰ ਸਾਧੂਆਂ ਸਤਿਪੁਰਸ਼ਾਂ ਦੀ ਗੁਰੂ ਕੀ ਜਿਹੜੀ ਅੰਸ਼ ਹੈ ਗੁਰੂ ਕਾ ਜਿਹੜਾ ਪਰਿਵਾਰ ਹੈ ਗੁਰੂ ਕੇ ਜਿਹੜੇ ਸਿੱਖ ਸੇਵਕ ਨੇ ਉਹਦਾ ਅਦਬ ਕਰਨਾ ਬਣਦਾ ਹੈ ਕਿ ਨਹੀਂ ਕੁੱਲ ਧੰਨ ਕਿਹਾ ਹੈ ਸਾਰੀ ਕੁੱਲ ਧੰਨ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਨੇ ਤੇ ਜ਼ਬਾਨ ਨੂੰ ਵਲ ਕਿਉਂ ਪੈ ਜਾਂਦਾ ਬਾਬਾ ਸ਼੍ਰੀ ਚੰਦ ਨੂੰ ਧੰਨ ਕਹਿਣ ਲੱਗਿਆ ਉਹਨੇ ਤੇ ਕੁੱਲ ਨੂੰ ਧੰਨ ਕਹਿ ਦਿੱਤਾ ਹੈ ਤੇ ਤੁਹਾਡੀ ਮੇਰੀ ਵਿਚਾਰ ਦੀ ਗੱਲ ਨਹੀਂ ਹੈ ਤੇ ਨਾ ਸਾਡੀ ਕੋਈ ਬਹੁਤੀ ਵੱਡੀ ਹਸਤੀ ਹੈ ਦੁਨੀਆ ਤੇ ਸਭ ਤੋਂ ਬੁਲੰਦ ਹਸਤੀ ਹੈ ਵਾਹੋ ਵਾਹੋ ਬਾਣੀ ਘਰ ਕੇਵਲ ਨਾ ਮੇਰੇ ਘਰ ਨਾਮ ਦੀ ਗੱਲ ਚੱਲੇਗੀ ਤੇ ਨਾਮ ਦੀ ਕਮਾਈ ਚੌਂਕੜਾ ਲਾ ਕੇ ਬਾਬਾ ਸ਼੍ਰੀ ਚੰਦ ਨੇ ਕੀਤੀ ਹੈ ਤੇ ਅਸੀਂ ਕਹਿ ਦਿੰਦੇ ਗੁਰੂ ਨਾਨਕ ਸਾਹਿਬ ਦੇ ਆਖੇ ਨਹੀਂ ਲੱਗਦੇ ਰਹੇ ਜਿੱਥੇ ਬਾਬਾ ਸ਼੍ਰੀ ਚੰਦ ਜੂਆ ਖੇਡਦਾ ਰਿਹਾ ਚੌਂਕੜਾ ਨਹੀਂ ਲਾਇਆ ਮੁਸ਼ਕਤ ਨਹੀਂ ਕਾਲੀ ਬੰਦਗੀ ਨਹੀਂ ਕੀਤੀ ਫਿਰਦੇ ਆਖੋ ਵੀ ਆਖੇ ਨਹੀਂ ਲੱਗੇ ਜਿਹਦੇ ਨਾਮ ਨਹੀਂ ਜਪਿਆ ਤੇ ਆਖੋ ਆਖੇ ਨਹੀਂ ਲੱਗੇ ਔਰ ਕਹਿ ਵੀ ਉਹ ਰਿਹਾ ਹੁੰਦਾ ਜਿਹਨੂੰ ਇਹ ਵੀ ਪਤਾ ਨਹੀਂ ਹੁੰਦਾ ਵੀ ਮੂਲ ਮੰਤਰ ਕਿੱਥੋਂ ਤੱਕ ਹੈ ਜਪਜੀ ਸਾਹਿਬ ਕਰਨਾ ਹੈ ਜਾਂ ਨਹੀਂ ਕਰਨਾ ਚੌਂਕੜਾ ਲਾਉਣਾ ਹੈ ਜਾਂ ਨਹੀਂ ਬਰਕਤ
ਬਾਬਾ ਸ਼੍ਰੀ ਚੰਦ ਜੀ ਨੂੰ ਭਗਤਾਂ ਕੀਤੀਆਂ। ਐਸੀ ਅਵਸਥਾ ਸੀ ਬਾਬਾ ਸ਼੍ਰੀ ਚੰਦ ਜੀ ਦੀ, ਰੱਬ ਜਪ ਜਪ ਜੀਵ ਹੈ ਤੇਰੇ ਦਾਸ ਜਿਉਣਾ ਹੀ ਨਾਮ ਤੇ ਹੈ, ਮੱਛੀ ਪਾਣੀ ਬਿਨਾਂ ਨਹੀਂ ਰਹਿੰਦੀ ਤੇ ਸਾਧ ਪਾਣੀ ਬਿਨਾਂ ਨਹੀਂ ਰਹਿੰਦੀ। ਐਸੇ ਹਾਲਾਤ ਸਨ ਉਸ ਮਹਾਂਪੁਰਸ਼ ਦੇ, ਪਰ ਜਿਹੜਾ ਨਾਮ ਜਪਦਾ ਹੈ ਰਿਧੀਆਂ ਸਿੱਧੀਆਂ ਤੇ ਉਹਦੇ ਅੱਗੇ ਪਿੱਛੇ ਨੇ ਫਿਰ ਹਸਤ ਸਿੱਧ ਨਾਮ ਨਿਤ ਦੇ ਕਰਮ ਪ੍ਰਾਪਤ, ਜਿਸ ਨਾਮ ਦੇ ਰਿਧੀਆਂ ਸਿੱਧੀਆਂ ਹੀ ਨੇ ਜਿਹੜੀਆਂ ਬਾਬਾ ਸ਼੍ਰੀ ਚੰਦ ਦੇ ਦਾਦੇ ਆ ਲੱਖਾਂ ਨੂੰ ਖਿੱਚ ਕੇ ਲਿਆਉਂਦੀਆਂ। ਇਹ ਰਿਧੀਆਂ ਸਿੱਧੀਆਂ ਨੇ, ਇਹ ਰਿਧੀਆਂ ਸਿੱਧੀਆਂ ਦੀ ਬਰਕਤ ਹੈ। ਹਰ ਮਜ਼ਹਬ ਦਾ ਬੰਦਾ ਉਸ ਮਹਾਂਪੁਰਸ਼ ਦੇ ਚਰਨਾਂ ਵਿੱਚ ਝੁਕ ਕਰਨਾ, ਇਹੀ ਫਲਸਫਾ। ਉਦਾਸੀ ਦੀ ਡੈਫੀਨੇਸ਼ਨ ਬੜੀ ਵਧੀਆ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨੇ। ਆਪਾਂ ਤੇ ਕੋਈ ਧਾਰਨਾ ਬਣਾਈ ਹੈ ਵੀ ਜਿਹੜਾ ਬਾਬਾ ਛੜਾ ਹੈ ਉਹ ਉਦਾਸੀ ਹੋ ਸਕਦਾ ਹੈ, ਤੇ ਇਹੀ ਗੱਲ ਹੁੰਦੀ ਤੇ ਬਾਬਾ ਗੁਰਦਿੱਤਾ ਜੀ ਕ੍ਰਿਸ਼ਨ ਔਰ ਗੁਰੂ ਸਤਿਗੁਰਾਂ ਦੇ ਪਵਿੱਤਰ ਗੁਰੂ ਜੀ ਦੇ ਸਰਦਾਰ ਜਸਵਿੰਦਰ ਸਿੰਘ ਜੀ ਸਾਨੂੰ ਮੌਕੇ ਨਾਲ ਪ੍ਰੋਗਰਾਮ ਨਹੀਂ ਆਇਆ। ਹੁਣ ਮੈਂ ਬੇਨਤੀ ਕਰਾਂ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਗੁਰਦਾਸਪੁਰ ਵਾਲੇ ਗੁਰੂ ਕ੍ਰਿਸ਼ਨ ਸਦਨ ਦੇ ਜੀ ਤੋਂ, ਜਿਹੜੇ ਕਾਫੀ ਸਮੇਂ ਤੋਂ ਸਤਿਗੁਰਾਂ ਦੇ ਪਵਿੱਤਰ ਗੁਰੂ ਜੀ ਦੇ ਅੰਦਰ ਸਜੇ ਬੈਠੇ ਹਨ, ਨਾਲ ਬੇਅੰਤ ਸੰਗਤਾਂ ਉਹਨਾਂ ਦੇ ਨਾਲ ਬੋਲੀਆਂ। ਅਸੀਂ ਮਹਾਂਪੁਰਖਾਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਸੁਣਾ ਰਿਹਾ। ਸਭ ਜੁਗ ਤੇ ਮਾਣਿਓ ਚੱਲਿਓ ਪਰ ਬਾਵਣ ਭਾਇਓ, ਉਸ ਤੋਂ ਬਾਅਦ ਤ੍ਰੇਤਾ ਯੁਗ ਆਇਆ, ਤ੍ਰੇਤੇ ਤੇ ਮਾਣਿਓ ਰਾਮ ਰਘੁਵੰਸ਼ ਕਹਾਇਓ, ਕਲ ਯੁਗ ਦੁਆਪਰ ਕ੍ਰਿਸ਼ਨ ਬਰਾੜ ਕੰਸ ਕਿਰਤਾਰਥ ਕੀਓ, ਕਲ ਯੁਗ ਪ੍ਰਮਾਣ ਸਰਟੀਫਾਈਡ ਕਲ ਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ। ਜੇ ਹੁਣ ਗੁਰੂ ਗੋਬਿੰਦ ਸਿੰਘ ਦੇ ਆਪਾਂ ਸਿੱਖ ਦੇ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਨਾਨਕ ਰੱਬ ਹੈ, ਉਹ ਆਪ ਰੱਬ ਆਇਆ, ਉਸ ਦੇ ਘਰ ਜਿਹੜਾ ਪੁੱਤ ਪੈਦਾ ਹੋਇਆ ਉਸ ਦੇ ਜਨਮ ਵੇਲੇ ਕੰਨਾਂ ਵਿੱਚ ਮੁੰਦਰਾ ਸੀ ਤੇ ਮਾਤਾ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਜਿਹੜਾ ਪੁੱਤਰ ਪੈਦਾ ਹੋਇਆ ਹੈ ਇਹ ਕਿਸ ਟਾਈਪ ਦਾ ਹੈ, ਮਾਸ ਦੀਆਂ ਮੁੰਦਰਾਂ ਨੇ ਇਸਦੇ ਕੰਨ ਵਿੱਚ, ਹੁਣ ਸੱਚ ਨੂੰ ਪ੍ਰਗਟ ਕਰਨਾ ਪਏਗਾ, ਡਰਦਿਆਂ ਛੁਪਾਇਆ ਨਾ ਰੱਖਣਾ। ਗੁਰੂ ਨਾਨਕ ਸਾਹਿਬ ਨੇ ਕਿਹਾ ਦੇਵੀ ਇਹ ਸ਼ਿਵਜੀ ਦਾ ਅਵਤਾਰ ਧਾਰ ਕੇ ਆਪਣੇ ਘਰ ਆਇਆ, ਇਹ ਬਹੁਤ ਵੱਡੀ ਤਾਕਤ ਹੈ। ਹੁਣ ਨਿੰਦਕ ਬੰਦੇ ਕੋਲੇ ਇੱਕੋ ਹੀ ਇੱਕ ਆਰਗੂਮੈਂਟ ਹੈ ਕਿ ਜਿਹੜੀ ਗੁਰਿਆਈ ਦੀ ਗੱਦੀ ਹੈ ਸਿਰਫ ਇਹ ਪੁੱਤਰ ਹੀ ਲੈ ਸਕਦਾ, ਦੂਸਰੇ ਨੂੰ ਨਹੀਂ ਮਿਲ ਸਕਦਾ। ਇਸ ਨੂੰ ਬੇਸ ਬਣਾ ਕੇ ਉਹਨਾਂ ਨੇ ਬਾਬਾ ਸ੍ਰੀ ਚੰਦ ਦੀ ਕੱਲੀ ਵਿਦਿਆ ਨਹੀਂ, ਪੰਥ ਨੂੰ ਕਮਜ਼ੋਰ ਕਰਨ ਦਾ ਇੱਕ ਪਾਲਿਸੀ ਤਿਆਰ ਕੀਤੀ। ਸਿਰਫ ਬਾਬਾ ਸ੍ਰੀ ਚੰਦ ਦੀ ਨਿੰਦਿਆ ਨਹੀਂ, ਦਸਮ ਗ੍ਰੰਥ ਦੀ ਨਿੰਦਿਆ, ਮਰਿਆਦਾ ਦੀ ਨਿੰਦਿਆ, ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਐਸੇ ਸਬਜੈਕਟ ਨੇ ਉਹਦੀ ਨਿੰਦਿਆ, ਅੰਮ੍ਰਿਤ ਦੀ ਨਿੰਦਿਆ, ਬਾਣੀਆਂ ਦੀ ਨਿੰਦਿਆ, ਉਹਨਾਂ ਦਾ ਤਾਂ ਇੱਕ ਮਿਸ਼ਨ ਹੁੰਦਾ। ਜੇ ਇਸ ਚੀਜ਼ ਨੂੰ ਆਪਾਂ ਲੈ ਲਿਆ ਜਾਵੇ ਤਾਂ ਦੂਸਰੇ ਪਾਤਸ਼ਾਹ ਦੇ ਵੀ ਪੁੱਤਰ ਸੀ ਉਹ ਕਿ ਮੈਂ ਇੱਕ ਦੇਸ਼ ਤੇ ਹਮਲਾ ਕਰਨਾ, ਮੈਨੂੰ ਵੱਧ ਦਿਓ। ਉਹਨਾਂ ਨੇ ਕਿਹਾ ਤੂੰ ਮੁਹੰਮਦ ਸਾਹਿਬ ਨੂੰ ਕਹਿ ਦਿੱਤਾ ਹੋਇਆ, ਤੂੰ ਗੁਰੂ ਨਾਨਕ ਨੂੰ ਕਹਿ ਦਿੱਤਾ ਹੋਇਆ, ਤੈਨੂੰ ਵਰ ਕਿਵੇਂ ਦਿੱਤਾ ਜਾ ਸਕਦਾ ਹੈ। ਉਹਨਾਂ ਕਿਹਾ ਮੁਹੰਮਦ ਸਾਹਿਬ ਗੁਰੂ ਨਾਨਕ ਕੌਣ? ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ 'ਚ ਕਹਿ ਦਿੱਤਾ, ਜਿਸ ਤੋਂ ਪ੍ਰਭਾਵਿਤ ਹੋ ਕੇ ਉਸਨੇ ਉਹਨਾਂ ਨੂੰ ਆਜ਼ਾਦ ਕੀਤਾ, ਉਹ ਤੁਹਾਨੂੰ ਸਾਰਾ ਪਤਾ। ਛੇਵੇਂ ਪਾਤਸ਼ਾਹ ਪਰਿਵਾਰ ਦੇ ਨਾਲ ਸਾਰੇ ਪੁੱਤਰਾਂ ਦੇ ਨਾਲ ਬਾਬਾ ਸ੍ਰੀ ਚੰਦ ਦੀ ਪੇਸ਼ ਹੋਏ, ਆ ਕੇ ਧੰਨਵਾਦ ਕੀਤਾ ਤੇ ਇੱਕ ਪੁੱਤਰ ਆਪਣਾ ਉਹਨਾਂ ਦੀ ਸੇਵਾ ਦੇ ਚੜਾ ਦਿੱਤਾ। ਇਸ ਤੋਂ ਪਹਿਲਾਂ ਤੀਸਰੇ ਪਾਤਸ਼ਾਹ ਨੇ ਵੀ ਪੁੱਤਰ ਚੜਾਇਆ, ਬਾਬਾ ਗੁਰਦਿੱਤਾ ਛੇਵੇਂ ਪਾਤਸ਼ਾਹ ਦਾ ਜਿਹੜਾ ਵੱਡਾ ਸਪੁੱਤਰ ਸੀ ਉਹ ਉਹਨਾਂ ਦੀ ਸੇਵਾ 'ਚ ਗਿਆ। ਉਹਨਾਂ ਨੇ ਪੁੱਛਿਆ ਤੇਰਾ ਨਾਂ? ਗੁਰਦਿੱਤਾ। ਠੀਕ ਹੈ, ਗੁਰਾਂ ਨੇ ਦਿੱਤਾ ਸੀ ਲਿੱਤਾ, ਤੂੰ ਹੋਇਆ ਦੀਨ ਦੁਨੀਆ ਦਾ ਟੀਕਾ। ਜੇ ਤੂੰ ਮੇਰੇ ਕੋਲ ਨਾ ਆਉਂਦਾ, ਤੂੰ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਸੀ ਵੱਡਾ ਪੁੱਤਰ ਹੋਣ ਦੇ ਨਾਤੇ, ਤੈਨੂੰ ਘਾਟਾ ਨਹੀਂ, ਮੇਰੀ ਗੱਦੀ ਵੀ ਤੇਰੇ ਕੋਲ ਰਹਿ ਗਈ ਤੇ ਗੁਰੂ ਨਾਨਕ ਦੀ ਗੱਦੀ ਵੀ ਤੇਰੇ ਕੋਲ ਰਹਿ ਗਈ। ਇਹ ਇੱਕ ਬੜੀ ਵੱਡੀ ਰਾਜ ਦੀ ਗੱਲ ਸੀ।
ਗੁਰੂ ਹਰਗੋਬਿੰਦ ਸਿੰਘ ਸਾਰਾ ਪਰਿਵਾਰ ਬਾਬਾ ਸ੍ਰੀ ਚੰਦ ਦੇ ਚਰਨਾਂ 'ਚ ਪਹੁੰਚਿਆ। ਅਥੈਂਟਿਕ ਗੱਲ ਅਥਾਰਟੀ ਨਾਲ ਮੈਂ ਕਹਿ ਰਿਹਾ, ਕੋਈ ਵੀ ਇਸ ਨੂੰ ਝੁਠਲਾ ਸਕਦਾ। ਸਾਰਾ ਪਰਿਵਾਰ ਬਾਬਾ ਸ੍ਰੀ ਚੰਦ ਦੇ ਅਲਦਰ ਵਿੱਚ ਪਹੁੰਚਿਆ ਕਿ ਗਰੀਬ ਨਵਾਜ਼ ਤੁਸੀਂ ਮੇਰੇ ਇੱਕ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਆ ਵਰ ਦਿੱਤਾ ਕਿ ਮੇਰੀ ਗੱਦੀ ਵੀ ਤੇਰੇ ਕੋਲ ਰਹੇਗੀ ਅਤੇ ਗੁਰੂ ਨਾਨਕ ਦੀ ਗੱਦੀ ਵੀ ਤੇਰੇ ਕੋਲ ਰਹੇਗੀ। ਮੇਰਾ ਕੋਈ ਪੁੱਤਰ ਹੁਣ ਗੱਦੀ ਲੈਣ ਨੂੰ ਤਿਆਰ ਨਹੀਂ, ਦੱਸੋ ਹੁਣ ਗੱਦੀ 'ਤੇ ਕਿਹਨੂੰ ਬਿਠਾਈਏ। ਤਾਂ ਬਾਬਾ ਸ੍ਰੀ ਚੰਦ ਨੇ ਕਿਹਾ, ਇਹ ਗ੍ਰਿਸ਼ਟੀ ਸੀ ਜਦੋਂ ਮੇਰੇ ਕੋਲ ਆਇਆ, ਇਸ ਦਾ ਪੁੱਤਰ 14 ਸਾਲ ਦਾ ਹੋ ਗਿਆ ਜਿਹਦਾ ਨਾਂ ਹਰ ਰਹੇ ਆ, ਆਪਾਂ ਇਸੇ ਨੂੰ ਗੱਦੀ 'ਤੇ ਬਿਠਾ ਦਿੰਦੇ ਹਾਂ। ਬਾਬਾ ਸ੍ਰੀ ਚੰਦ ਦੀ ਮਰਜ਼ੀ ਨਾਲ ਗੁਰੂ ਹਰਗੋਬਿੰਦ ਸਿੰਘ ਦੀ ਹਾਜ਼ਰੀ ਦੇ ਵਿੱਚ ਬਾਬਾ ਸ੍ਰੀ ਚੰਦ ਨੇ ਗੱਦੀ ਬਖਸ਼ੀ ਔਰ ਸਤਵਾਂ ਗੁਰੂ ਹਰ ਰਾਏ ਸਾਹਿਬ ਗੱਦੀ 'ਤੇ ਬਿਰਾਜਮਾਨ ਹੋਇਆ। ਉਸ ਦਾ ਪੁੱਤਰ 8ਵਾਂ ਪਾਤਸ਼ਾਹ ਗੱਦੀ 'ਤੇ ਬਿਰਾਜਮਾਨ ਹੋਇਆ। 8ਵਾਂ ਪਾਤਸ਼ਾਹ ਜਾਣ ਲੱਗਾ 9ਵੇਂ ਪਾਤਸ਼ਾਹ ਬਾਰੇ ਕਹਿ ਗਿਆ ਬਾਬੇ ਬਕਾਲੇ, ਹੁਣ ਦੱਸੋ ਬਾਬਾ ਸ੍ਰੀ ਚੰਦ ਗੱਦੀ ਲੈਣ ਵਾਲਾ ਹੈ ਕਿ ਗੱਦੀਆਂ ਦੇਣ ਵਾਲਾ ਹੈ? ਸੱਚ ਨੂੰ ਨਾ ਛਪਾਓ। ਆਓ, ਬਾਬਾ ਗੁਰਵਿੰਦਰ ਸਿੰਘ ਨੇ ਜਿਹੜਾ ਸੁਪਨਾ ਕਦੇ ਪੂਰਾ ਸੋਚਿਆ ਸੀ ਕਿ ਬਾਬਾ ਸ੍ਰੀ ਚੰਦ ਤੇਰਾ ਇਹ ਪੈਗਾਮ ਜਿਹੜਾ ਗਲਤ ਮੈਸੇਜ ਧਰਤੀ 'ਤੇ ਚਲਾ ਗਿਆ, ਮੈਂ ਤੇ ਜਿਉਂਦਾ ਰਿਹਾ ਤੇ ਜ਼ਰੂਰ ਪੂਰਾ ਕਰ ਦਿਆਂਗਾ, ਬਦਲ ਦਿਆਂਗਾ, ਅੱਜ ਉਹਦਾ ਸੁਪਨਾ ਪੂਰਾ ਹੋ ਗਿਆ। ਅਸੀਂ ਇਹਨੂੰ ਵਧਾਈ ਦਿੰਦੇ ਹਾਂ, ਸਾਡਾ ਤਨ ਮਨ ਧਨ ਤੇਰੇ ਨਾਲ ਸਜਣਾ, ਜਿੱਥੇ ਮਰਜ਼ੀ ਵਰਤ ਲਈ, ਦੱਬ ਕੇ ਝੰਡਾ ਕੱਢ ਦੇ ਧਰਤੀ 'ਤੇ ਬਾਬਾ ਸ੍ਰੀ ਚੰਦ ਦਾ, ਤੇ ਜੈ ਜੈਕਾਰ ਹੋਏਗੀ ਤੇਰੀ ਦਰਗਾਹ 'ਚ ਵੀ, ਜਿੱਥੇ ਵੀ। ਬੋਲ ਚੁੱਕ ਮਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਹਾਂਪੁਰਖਾਂ ਦਾ, ਮਹਾਂਪੁਰਖਾਂ ਵੱਲੋਂ ਉਹਨਾਂ ਦਾ ਸਨਮਾਨ ਹੋ ਰਿਹਾ ਹੈ। ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਨਾਮਧਾਰੀ ਦਿੱਲੀ ਵਾਲੇ ਆਪ ਸੰਗਤਾਂ ਨੂੰ ਹੁਣ ਸ਼ਬਦ ਕੀਰਤਨ ਸਰਵਣ ਕਰਵਾਉਣਗੇ। ਆਪ ਸੰਗਤਾਂ ਦਾ ਧੰਨਵਾਦ ਜੋ ਸਵੇਰੇ 10 ਵਜੇ ਤੋਂ ਲੈ ਕੇ ਇਸ ਵੇਲੇ ਤੱਕ ਇਸੇ ਤਰ੍ਹਾਂ ਹੀ ਬੜੇ ਚਾਅ ਤੇ ਪਿਆਰ ਦੇ ਨਾਲ ਫਿਰ ਧਿਆਨ ਦਿਓ। ਧੰਨ ਧੰਨ ਪਿਤਾ, ਧੰਨ ਧੰਨ ਫੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ, ਧੰਨ ਹੈ ਫੁੱਲ, ਧੰਨ ਹੈ ਪਿਤਾ, ਧੰਨ ਹੈ ਮਾਤਾ।